ਜੀ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਗੋਡੇ ਵਾਲੇ ਦਰਦ ਵਾਰੇ ਤੇ ਢੂਈ ਦੇ ਦਰਦ ਵਾਸਤੇ ਆਪਾਂ ਤੁਹਾਨੂੰ ਦੇਸੀ ਨੁਕਤੇ ਦੱਸਾਂਗੇ ਇਹ ਆਪਾਂ ਕਿਲੋ ਛੋਲੇ ਲੈ ਲੇ ਪਾਇਆ ਖਸ ਖਸ 200 ਗ੍ਰਾਮ ਕਾਲੀ ਮਿਰਚ ਕਿਲੋ ਸ਼ੱਕਰ 1 ਕਿਲੋ ਆਪਾਂ ਲੈ ਲਿਆ ਘਿਓ ਆਇਆ ਆਪਣੇ ਕੋਲ ਆਂਬ ਹਲਦੀ ਮੈਂ ਇਹਨੂੰ ਪੀਸ ਕੇ ਤਿਆਰ ਕਰ ਲਿਆ ਕਿਲੋ ਆਪਣੇ ਕੋਲ ਕਾਬਜੀ ਬਦਾਨ ਇਹਨਾਂ ਨੂੰ ਆਪਾਂ ਭੰਨ ਕੇ ਵਿੱਚ ਗਿਰੀਆਂ ਕੱਢ ਕੇ ਆਪਾਂ ਇਹਨਾਂ ਨੂੰ ਤਿਆਰ ਕਰ ਲਾਂਗੇ ਨਾਲੇ ਆਪਾਂ ਛੋਲਿਆਂ ਨੂੰ ਪੀਸ ਕੇ ਤਿਆਰ ਕਰ ਲਾਂਗੇ ਹਾਂਜੀ ਇਹ ਆਪਾਂ ਛੋਲਿਆਂ ਦਾ ਬਾਰਡਰ ਜਿਹੜਾ ਸੀਗਾ ਤਿਆਰ ਕਰ ਲਿਆ ਇਹਨੂੰ ਛਾਣ ਕੇ ਚੰਗੀ ਤਰ੍ਹਾਂ ਆਪਾਂ ਤਿਆਰ ਕਰ ਲਿਆ ਇੱਧਰ ਆਪਾਂ ਦੂਜੇ ਪਾਸੇ ਕੜਾਈ ਧਰੀ ਹੋਈ ਹੈ ਇੱਥੇ ਜਿਹੜਾ ਆਪਣਾ ਕਿਲੋ ਘਿਓ ਸੀਗਾ ਉਹ ਆਪਾਂ ਪਾਤਾ ਇਦੇ ਵਿੱਚ ਹੁਣ ਆਪਾਂ ਛੋਲੇ ਦਾ ਪਾਊਡਰ ਪਾਵਾਂਗੇ। ਹਾਂਜੀ ਆਪਾਂ ਘਿਓ ਦੇ ਨਾਲ ਛੋਲੇ ਦਾ ਪਾਊਡਰ ਜਿਹੜਾ ਇਹ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ। ਹਾਂਜੀ ਆਪਾਂ ਜਿਹੜਾ ਛੋਲੇ ਦਾ ਪਾਊਡਰ ਆ ਇਹਨੂੰ ਆਪਾਂ 2 ਤੋਂ 3 ਮਿੰਟ ਲਈ ਭੁੰਨਾਂਗੇ। ਇਹ ਜਿਹੜਾ ਛੋਲੇ ਦਾ ਪਾਊਡਰ ਆ ਘਿਓ ਛੱਡ ਦੂਗਾ। ਅੱਗ ਜਿਹੜੀ ਆਪਣੀ మీడియం ਆ ਬੜੀ ਜ਼ਿਆਦਾ ਨਹੀਂ ਮਚਾਉਣੀ ਹੈਗੀ ਅੱਗ ਇਹਨੂੰ మీడియం ਆਂਸ ਤੇ ਹੀ ਪੁੰਨਣਾਗਾ ਤੁਸੀਂ ਇਹਨੂੰ ਗੈਸ ਤੇ ਵੀ ਬਣਾ ਸਕਦੇ ਆ ਹਾਂਜੀ ਇਹ ਚੰਗੀ ਤਰ੍ਹਾਂ ਪੁੱਜ ਕੇ ਤਿਆਰ ਹੋ ਗਿਆ ਇਹਨੂੰ ਹੁਣ ਆਪਾਂ ਲਾ ਲਿਆ ਏ ਤੇ ਇਹਦੇ ਵਿੱਚ ਆਪਾਂ ਸਮਾਨ ਜਿਹੜਾ ਸੀਗਾ ਮਿਕਸ ਕਰਾਂਗੇ ਜੋ ਆਪਣੇ ਕੋਲ ਸੁੱਕਾ ਸਮਾਨ ਸੀਗਾ ਜਿਵੇਂ ਕਾਲੀਆਂ ਮਿਰਚਾਂ ਇਦਾਂ ਦਾ ਇਹ ਚ ਇਕੱਲੀ ਸ਼ੱਕਰ ਨਹੀਂ ਆਪਾਂ ਮਿਕਸ ਕੀਤੀ ਨਾਇਚ ਕਾਵਜੀ ਬਦਾਮ ਮਿਕਸ ਕੀਤੇ ਆ ਹੁਣ ਇਹਦੇ ਵਿੱਚ ਆਪਾਂ ਜਦੋਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਇਹਦੇ ਵਿੱਚ ਆਪਾਂ ਸ਼ੱਕਰ ਮਿਕਸ ਕਰਾਂਗੇ ਜੰਹੇ ਇਸ ਮਾਲ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਰਾਕੇ ਰੱਖ ਦਾਂਗੇ ਉਹਨੇ ਟਾਈਮ ਆਪਾਂ ਕਾਵਜੀ ਬਦਾਮ ਦਾ ਜਿਹੜਾ ਪਾਊਡਰ ਆ ਉਹ ਤਿਆਰ ਕਰ ਲਾਂਗੇ ਨਾਲੇ ਆਪਣਾ ਇਹ ਵਾਲਾ ਮਟੀਰੀਅਲ ਜਿਹੜਾ ਇਹ ਠਰ ਜਾਊਗਾ ਠੰਡਾ ਹੋ ਜਾਊਗਾ ਹਾਂਜੀ ਹੁਣ ਇਹਦੇ ਵਿੱਚ ਆਪਾਂ ਕਾਜੀ ਬਦਾਮ ਦਾ ਪਾਊਡਰ ਦਰਦਰਾ ਪੀਸਿਆ ਹੈ ਤੇ ਇਹਨੂੰ ਆਪਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਹਾਂਜੀ ਖੱਟੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਕੋਈ ਚਾਰ ਵਗੈਰਾ ਨਹੀਂ ਖਾਣਾ ਤੇ ਕੋਈ ਤਲੀ ਚੀਜ਼ ਨਹੀਂ ਖਾਣੀ ਜੇ ਮੇਰੀ ਵੀਡੀਓ ਵਧੀਆ ਲੱਗੀ ਮੇਰੀ ਵੀਡੀਓ ਨੂੰ ਲਾਈਕ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਦੇਖਣ ਵਾਸਤੇ ਧੰਨਵਾਦ